ਨਿਕ ਸੁਰਾ ਜੀ ਵੀ ਦੇਖ ਰਹੇ ਸਭੀ ਦਰਸ਼ਕੋਆਂ ਦਾ ਸਵਾਗਤ ਹੈ ਮੈਂ ਹੂ ਨਿਰਜ ਪਾਲੀ ਇਸ ਵੇਲੇ ਅਸੀਂ ਹਾਂ ਬਹੌ ਚੁਕੇ ਹਾਂ ਗੁਰੂ ਹਰ ਸਾਹਿਬ ਜਹਾਂ ਪਰ ਅਸੀਂ ਬਾਤ ਚਿਤ ਕਰਾਂਗੇ ਅਕਾਲੀ ਦਲ ਕੇ ਉਮੀਦਵਾਰ ਵਰਦੀਪ ਸਿੰਘ ਮਾਨ ਜੀ ਸਰ ਸਭ ਤੋਂ ਪਹਿਲੇ ਨਿਕ ਸੁਰਾ ਮੈਂ ਆਪਕਾ ਸਵਾਗਤ ਹੈ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਸਰ ਇਹਨ 10 ਸਾਲੋ ਮੇਂ ਕੀਆ ਕੀਆ ਰਾਜ ਯਾ ਸੇਵਾ ਪਿਛਲੇ 10 ਸਾਲਾਂ ਤੋ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਜਿਹੜੀ ਸਾਂਝੀ ਸਰਕਾਰ ਚੱਲ ਰਹੀ ਹੈ ਸਾਡਾ ਨਾਰਾ ਹੀ ਹੈ ਰਾਜ ਨਹੀਂ ਸੇਵਾ ਅਸੀਂ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਦੇ ਕੰਮ ਕੀਤੇ ਆ ਡਵੈਲਪਮੈਂਟ ਕਰਾਈ ਆ ਔਰ ਡਵੈਲਪਮੈਂਟ ਦੇ ਸਿਰ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਲੋਕ ਕਹਿੰਦੇ ਹਨ ਡੰਡੋ ਸੇ ਵੀ ਸੇਵਾ ਕੀ ਹੈ ਇਸ ਤਰ੍ਹਾਂ ਸੇ ਵੀ ਹੈ ਕੁਝ ਬਾਤੇ ਹਨ ਬਿਲਕੁਲ ਝੂਠਾ ਪ੍ਰਚਾਰ ਹੈ ਕਾਂਗਰਸ ਪਾਰਟੀ ਵਾਲਿਆਂ ਦਾ ਜੋ ਉਹਨਾਂ ਨੇ ਪਿਛਲੇ 15 ਸਾਲਾਂ ਤੋਂ ਇਲਾਕੇ ਨੂੰ ਲੁੱਟਿਆ ਤੇ ਕੁੱਟਿਆ ਸੀਗਾ ਉਸ ਤੋਂ ਅਸੀਂ ਲੋਕਾਂ ਨੂੰ ਬਚਾਇਆ ਹੈ ਪਿਛਲੇ 5 ਸਾਲਾਂ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਵੀ ਕੋਈ ਨਜਾਇਜ਼ ਕਬਜ਼ਾ ਨਹੀਂ ਹੋਇਆ ਕਿਸੇ ਤੇ ਨਜਾਇਜ਼ ਕੋਈ ਕਿਸੇ ਨਾਲ ਵਾਪਰਿਆ ਨਹੀਂਗਾ ਔਰ ਸਾਫ ਸੁਥਰਾ ਪ੍ਰਸ਼ਾਸਨ ਜਿਹੜਾ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਦਿੱਤਾ ਹੈ ਜਿਹਦੀ ਅੱਜ ਮੂੰਹ ਬੋਲਦੀ ਤਸਵੀਰ ਅੱਜ ਤੁਸੀਂ ਸਾਡੀ ਰੈਲੀ ਦੇਖੀ ਹੋਣੀ ਹੈ ਵੱਡੀ ਗਿਣਤੀ ਦੇ ਵਿੱਚ ਸ਼ਹਿਰੀ ਲੋਕ ਔਰ ਪਿੰਡਾਂ ਤੋਂ ਜਿਹੜੇ ਆ ਕੇ ਸ਼ਮੂਲੀਅਤ ਕੀਤੀ ਹੈ ਜਿਨ੍ਹਾਂ ਨੇ ਸਰ ਅਗਰ ਹਮ ਵਿਕਾਸ ਕੀ ਬਾਤ ਕਰੇ ਆਪ ਯਹਾਂ ਤੇ ਹਲਕਾ ਇੰਚਾਰਜ ਹੈ ਔਰ ਯਹਾਂ ਪਰ ਜੋ ਮੌਜੂਦਾ ਐਮਐਲਏ ਹੈ ਉਹ ਕਾਂਗਰਸ ਸੇ ਹੈ ਉਨਕੇ ਵੀ ਕਾਫੀ aarop ਹੈ ਕਿ ਆਪਨੇ ਵਿਕਾਸ ਨਹੀਂ ਹੋਣੇ ਦਿਆ ਉਨਕੋ ਕੋਈ ਜੋ ਉਨਕਾ ਬਜਟ ਹੋਤਾ ਹੈ ਇੱਕ ਵਿਧਾਇਕਾ ਉਹ ਨਹੀਂ ਉਨਕੋ ਮਿਲ ਪਾਇਆ ਤੋ ਆਪਨੇ ਜੋ ਆਪਣੀ ਸਰਕਾਰ ਕੀ ਤਰਫ ਸੇ ਵਿਕਾਸ ਕੀਤਾ ਹੈ ਥੋੜਾ ਉਹ ਬਤਾਇਓ 200 ਕਰੋੜ ਰੁਪਇਆ ਪਿੰਡਾਂ ਦੇ ਵਿਕਾਸ ਵਾਸਤੇ ਪਿਛਲੇ 5 ਸਾਲਾਂ ਚ ਅਸੀਂ ਖਰਚ ਕੀਤਾ ਹੈ ਔਰ 75 ਕਰੋੜ ਰੁਪਇਆ ਗੁਰੂ ਸਾਹਿਬ ਸ਼ਹਿਰ ਦੇ ਵਿਕਾਸ ਵਾਸਤੇ ਅਸੀਂ ਮਨਜ਼ੂਰ ਕਰਾ ਕੇ ਲਿਆਏ ਹੈ ਜਿਹਦੇ ਨਾਲ 100% ਸੀਵਰੇਜ ਸਿਸਟਮ, ਵਾਟਰ ਸਪਲਾਈ, ਸਟ੍ਰੀਟਸ ਐਂਡ ਸਟ੍ਰੀਟ ਲਾਈਟਸ ਦਾ ਕੰਮ ਜਿਹੜਾ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਜਿਹੜਾ ਸਰ ਇਹ ਚੱਲ ਰਹਾ ਹੈ ਕਿਉਂਕਿ 10 ਸਾਲੋਂ ਸੇ ਸਰਕਾਰ ਆਪੀ ਕੀ ਹੈ ਤੋ ਇੰਪਰੂਵਮੈਂਟ ਕਿਆ ਕਿਆ ਹੋਈ ਹੈ ਉਹ ਥੋੜਾ ਬਤਾਇਓ ਪਰ ਜੇ ਤੁਹਾਡੇ ਕਿਰਪਾ ਪਿੰਡਾਂ ਦਾ ਸਵਾਲ ਹੈ ਪਿੰਡਾਂ ਦੇ ਵਿੱਚ 173 ਕਿਲੋਮੀਟਰ ਨਵੀਆਂ ਅਸੀਂ ਲਿੰਕ ਰੋਡਸ ਬਣਾਈਆਂ ਪਿਛਲੇ 5 ਸਾਲਾਂ 'ਚ ਕਿਉਂਕਿ ਮੈਂ 2012 ਦੇ ਵਿੱਚ ਆ ਕੇ ਇੱਥੇ ਲੈਕਚਰ ਲੜਿਆ ਸੀ ਉਸ ਤੋਂ ਬਾਅਦ ਮੈਂ 173 ਕਿਲੋਮੀਟਰ ਨਵੀਆਂ ਲਿੰਕ ਰੋਡਸ ਬਣਾਈਆਂ 200 ਕਿਲੋਮੀਟਰ ਟਾਣੀਆਂ ਨੂੰ ਅਸੀਂ ਖੜਵੰਜੇ ਲਾ ਕੇ ਉਹਨਾਂ ਦੇ ਰਸਤੇ ਪੱਕੇ ਕੀਤੇ ਐ 70 ਕਰੋੜ ਦੀ ਲਾਗਤ ਨਾਲ ਅਸੀਂ ਪਿੰਡਾਂ ਦੀਆਂ ਜਿਹੜੀਆਂ ਗਲੀਆਂ ਕੰਕਰੀਟ ਦੀਆਂ ਬਣਾਈਆਂ ਔਰ 15 ਕਰੋੜ ਦੀ ਲਾਗਤ ਨਾਲ ਅਸੀਂ ਨਵੀਆਂ ਵਾਟਰ ਬਾਕਸ ਦੀਆਂ ਸਕੀਮਾਂ ਔਰ ਆਰਓ ਸਿਸਟਮ ਲਾਇਆ ਪਿੰਡਾਂ ਚ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਦੇਣ ਵਾਸਤੇ ਔਰ 10 ਕਰੋੜ ਦੀ ਲਾਗਤ ਨਾਲ ਅਸੀਂ ਸਕੂਲਾਂ ਦੀਆਂ ਬਿਲਡਿੰਗਸ ਤੇ ਜਿਹੜਾ ਉਹਦਾ ਕੰਮ ਅਸੀਂ ਵਾਧੂ ਜਿਹੜਾ ਕੀਤਾ ਸਕੂਲਾਂ ਦੇ ਵਿੱਚ ਔਰ ਸਰ ਨੂੰ ਵੱਡੀ ਜਿਹੜੀ ਪ੍ਰਾਪਤੀ ਹੈ ਸਾਡੀ ਸਰਕਾਰ ਦੀ ਪਿਛਲੇ 10 ਸਾਲਾਂ ਚ ਸਾਡੇ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਪੁਰਾਣਾ ਜ਼ਿਲ੍ਹਾ ਐਜੂਕੇਸ਼ਨ ਵੱਖੋਂ ਬਹੁਤ ਪਛੜਿਆ ਹੋਇਆ ਸੀ ਜਿੱਥੇ ਤਿੰਨ ਸਰਕਾਰੀ ਕਾਲਜ ਬਣਾਇਆ ਗਿਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਫਰੋਸਪਰ ਜ਼ਿਲ੍ਹੇ ਦੇ ਵਿੱਚ ਤਿੰਨ ਸਰਕਾਰੀ ਕਾਲਜ ਬਣੇ ਆ ਇੱਕ ਮੈਰੀਟੋਰੀਅਸ ਸਕੂਲ ਜਿਹੜਾ ਬਣਾਇਆ ਗਿਆ ਫਰੋਸਪਰ ਵਿਖੇ ਜਿਹਦੇ ਤੇ 27 ਕਰੋੜ ਰੁਪਇਆ ਲਾਗਤਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਸਕੂਲ ਅਸੀਂ ਅਪਗ੍ਰੇਡ ਕੀਤੇ ਔਰ ਇਹ ਸਿਸਟਮ ਜਿਹੜਾ ਐਜੂਕੇਸ਼ਨ ਸਿਸਟਮ ਹੈ ਤੇ ਚ ਬਹੁਤ ਵੱਡਾ ਸੁਧਾਰ ਲਿਆਂਦਾ ਅਸੀਂ ਇਹਦੇ ਚ ਤੇ ਕੀ ਕਾਰਨ ਹੈ ਕਿ ਪਿਛਲੀ ਵਾਰ ਆਪਕੋ ਜਨਤਾ ਨੇ ਮੰਡੇਟ ਨਹੀਂ دیا ਤਾਂ ਇਸ ਇਸ ਬਾਰ ਆਪਕੋ ਕੀ ਲੱਗਦਾ ਹੈ ਕਿ ਕਿਉਂ ਮੰਡੇਟ ਮਿਲੇਗਾ ਆਪਕੇ ਵਿਕਾਸ ਕੀ وجہ ਸੇ ਜਾਂ ਕੁਛ ਔਰ ਕਾਰਨੋਂ ਸੇ ਪਿਛਲੀ ਵਾਰ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਆਏ ਸੀ ਸਾਨੂੰ ਬਹੁਤ ਥੋੜਾ ਸਮਾਂ ਮਿਲਿਆ ਸੀ 4 ਕੁ ਮਹੀਨੇ ਦਾ ਸਮਾਂ ਮਿਲਿਆ ਸੀ ਅਸੀਂ 4 ਮਹੀਨਿਆਂ ਦੇ ਵਿੱਚ ਲੋਕਾਂ 'ਚ ਚੰਗੀ ਤਰ੍ਹਾਂ ਵਿਚਰ ਨਹੀਂ ਸਕੇ ਸੀ ਔਰ ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਨੇ ਸਾਨੂੰ ਬਹੁਤ ਵੱਡਾ ਹੰਗਾਰਾ ਦਿੱਤਾ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 35000 ਵੋਟ ਪਈ ਸੀ ਤੇ 2012 ਦੇ ਵਿੱਚ ਸਾਨੂੰ 98000 ਵੋਟ ਪਈ ਹੈ ਥੋੜਾ ਸਮਾਂ ਹੋਣ ਕਰਕੇ ਅਸੀਂ ਲੋਕਾਂ ਨੂੰ ਕੋਈ ਕਰਕੇ ਨਹੀਂ ਦਿਖਾ ਸਕੇ ਸੀ ਕੋਈ ਸਵਾਰ ਨਹੀਂ ਸਕੇ ਸੀ ਪਰ ਇਸ ਵਾਰ ਪਿਛਲੇ 5 ਸਾਲਾਂ ਤੋਂ ਲਗਾਤਾਰ ਅਸੀਂ ਹਲਕੇ ਦੀ ਸੇਵਾ ਕੀਤੀ ਹੈ ਹਲਕੇ ਦੇ ਵਿੱਚ ਵਿਕਾਸ ਕਰਾਇਆ ਉਸ ਦੇ ਮੁੱਦੇ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਔਰ ਵੱਡੀ ਲੀਡ ਨਾਲ ਅਸੀਂ ਜਿਹੜੀ ਸੀਟ ਜਿੱਤ ਕੇ ਕਾਲੀ ਦਲ ਦੀ ਝੋਲੀ ਚ ਪਾਵਾਂਗੇ ਸਰ ਯਹਾਂ ਕੀ ਜਨਤਾ ਜਾਨਣਾ ਚਾਹਤੀ ਹੈ ਕਿ ਕੌਣ ਸੇ ਐਸੇ ਵਿਕਾਸ ਕੇ ਕਾਰਜ ਅਭੀ ਪੈਂਡਿੰਗ ਪੜੇ ਹੈ ਜੋ ਅਗਰ ਆਪਕੀ ਸਰਕਾਰ ਬਣਤੀ ਹੈ ਔਰ ਆਪ ਯਹਾਂ ਸੇ ਵਿਧਾਇਕ ਬਣਤੇ ਹੈ ਤੋ ਉਹ ਪੂਰੇ ਹੋ ਗਏ 70 ਸਾਲਾਂ ਦੇ ਬਕਾਇਆ ਪਏ ਕੰਮ ਅਸੀਂ ਬਹੁਤ ਕੀਤੇ ਪਰ 5 ਸਾਲਾਂ ਚ ਅਸੀਂ ਪੂਰੇ ਨਹੀਂ ਕਰ ਸਕੇਗੇ ਜਿੰਨੇ ਵੀ ਅਧੂਰੇ ਕੰਮ ਵਿਕਾਸ ਦੇ ਰਹਿੰਦੇ ਹੈ ਅਸੀਂ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਵਿੱਚ ਉਹ ਪੂਰੇ ਕਰ ਦਿਆਂਗੇ ਸਾਡਾ ਕੰਮ ਹੈ ਜਿਹੜਾ ਜਿਹੜੀ ਗੱਲ ਅਸੀਂ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵੀ ਵਾਅਦੇ ਲੋਕਾਂ ਨਾਲ ਕੀਤੇ ਐ ਸਾਰੇ ਦੇ ਸਾਰੇ ਅਸੀਂ ਪੂਰੇ ਕੀਤੇ ਐ ਹੁਣ ਵੀ ਜਿਹੜੇ ਵਾਅਦੇ ਲੋਕਾਂ ਨਾਲ ਅਸੀਂ ਕਰਾਂਗੇ ਉਹ ਸਾਰੇ ਦੇ ਸਾਰੇ ਪੂਰੇ ਕਰਾਂਗੇ ਆਮ ਆਦਮੀ ਪਾਰਟੀ ਜੋ ਆਪकी ਵਿਰੋਧੀ ਪਾਰਟੀ ਹੈ ਅਬ ਨਹੀਂ ਨਹੀਂ ਯਹਾਂ ਪੰਜਾਬ ਮੇ ਉਤਰੀ ਹੈ ਉਨ੍ਹਾਂ ਕਹਨਾ ਹੈ ਕਿ ਆਪਕੋ ਤੋਂ ਕੋਈ ਪੁੱਛੇਗਾ ਨਹੀਂ ਜੋ ਮਾਲਵਾ ਜ਼ੋਨ ਹੈ ਉਹ ਸਾਰਾ ਉਨਕੀ ਜੋ ਸਾਰੀ ਸੀਟੇ ਹੈ ਲਗਭਗ 65 ਕੇ ਕਰੀਬ ਸੀਟਸ ਹੈ ਉਹ ਉਹੀ ਕੋ ਮਿਲेंगी ਕੀ ਕਹhenge ਇਸਪਰ ਆਮ ਆਦਮੀ ਪਾਰਟੀ ਹੈ ਜਿਹੜੀ ਝੂਠਾਂ ਦੇ ਸਾਰੇ ਸਿਆਸਤ ਕਰ ਰਹੀ ਹੈ ਉਹ ਦਿੱਲੀ ਦੇ ਵਿੱਚ ਸਰਕਾਰ ਚਲਦਿਆਂ ਨੂੰ ਦੋ 2.5 ਸਾਲ ਦਾ ਸਮਾਂ ਹੋ ਗਿਆ ਇੱਕ ਵੀ ਕੋਈ ਕੰਮ ਉਹਨਾਂ ਨੇ ਦਿੱਲੀ ਦੇ ਵਿੱਚ ਚੰਗਾ ਕੀਤਾ ਹੋਵੇ ਦਿੱਲੀ ਦੀ ਜਨਤਾ ਨੂੰ ਕੋਈ ਉਹਨਾਂ ਨੇ ਫਾਇਦਾ ਦਿੱਤਾ ਹੋਵੇ ਤੇ ਉਹ ਦੱਸ ਦੇਣ ਅਸੀਂ 20 ਕੰਮ ਗਿਣਾ ਦਿੰਨੇ ਆ ਜਿਹੜੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੀ ਖਾਤਰ ਪਿਛਲੇ 10 ਸਾਲਾਂ ਚ ਕੀਤੇ ਐ ਸਿਰਫ ਝੂਠ ਦੇ ਸਾਰੇ ਤੇ ਚਲੋ ਇੰਨਾ ਸ਼ੁਕਰ ਹੈ ਪ੍ਰਮਾਤਮਾ ਦਾ ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਉਹ 100 ਸੀਟਾਂ ਦਾ ਪੋਸਟਰ ਲਾਇਆ ਸੀ ਉਹਨਾਂ ਨੇ 60 ਤੇ ਆ ਗਿਆ ਜੇ 10-15 ਦਿਨ ਰਹਿੰਦੇ ਮੈਨੂੰ ਲੱਗਦਾ ਛੀਆਂ ਤੇ ਆ ਜਾਣਗੇ ਉਦੋਂ ਨੂੰ ਸਰ ਆਖਰੀ ਸਵਾਲ ਆ ਆਪकी ਲੜਾਈ ਕਿਸ سے ਹੈ ਆਮ ਆਦਮੀ ਪਾਰਟੀ ਕੇ ਉਮੀਦਵਾਰ سے ਹੈ ਜਾਂ ਕਾਂਗਰਸ ਕੇ ਮੇਰੀ ਲੜਾਈ ਹੈ ਜਿਹੜੀ ਕਿਸੇ ਨਾਲ ਵੀ ਨਹੀਂ ਉਹ ਦੂਜੀ ਤੀਜੀ ਪੋਜੀਸ਼ਨ ਵਾਸਤੇ ਲੜ ਰਹੀ ਹੈ ਮੈਂ ਵੱਡੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰੂੰਗਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੇ ਸਾਡੇ ਇਥੋਂ ਦੇ ਮੌਜੂਦਾ ਐਮਐਲਏ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਇੱਥੇ ਤੁਸੀਂ ਪੜਿਆ ਹੋਣਾ ਅਖਬਾਰਾਂ 'ਚ ਵੀ ਤੁਹਾਡੇ ਸ਼ਾਇਦ ਪੇਪਰ 'ਚ ਵੀ ਆਇਆ ਹੋਵੇ ਕਿ ਇਥੋਂ ਦੀ ਭੋਲੀ ਪਾਲੀ ਜਨਤਾ ਜਿਹੜੀ ਸਾਡੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਜ਼ਿਲ੍ਹਿਆਂ ਦੀ ਹੈ ਉਹਦੇ 'ਚ ਇੱਕ ਵੱਡਾ ਸਕੈਮ ਹੋਇਆ ਨਾਈਸਰ ਗ੍ਰੀਨ ਕੰਪਨੀ ਨੇ 5000 ਦੇ ਕਰੋੜ ਜਿਹੜਾ ਰੁਪਏ ਦਾ ਸਕੈਮ ਕੀਤਾ ਹੈ ਉਸ ਦੇ ਵਿੱਚ ਸਾਡੇ ਮੌਜੂਦਾ ਵਿਧਾਇਕ ਦਾ ਇਹਦੇ ਪੀਏ ਦਾ ਇੱਥੋਂ ਤੱਕ ਕਿ ਫਰੂਕ ਅਬਦੁੱਲੇ ਦਾ ਵੀ ਹੱਥ ਆ ਰਿਹਾ ਹੈ ਕਿ ਉਹਨਾਂ ਨੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਉਹ ਲੁੱਟ ਖਸੁੱਟ ਕਰਕੇ ਇਹਨਾਂ ਨੇ ਖਾਧੀ ਹੈ ਆ ਥੋੜੇ ਦਿਨ ਪਹਿਲਾਂ ਉਹ ਜਿਹੜੇ ਉਸ ਦੇ ਇਹਨਾਂ ਦੀ ਲੁੱਟ ਦਾ ਜਿਹੜੇ ਸ਼ਿਕਾਰ ਹੋਏ ਐ ਉਹ ਲੋਕ ਇੱਥੇ ਆ ਕੇ ਮੁਜਾਰਾ ਵੀ ਕਰਕੇ ਗਏ ਐ ਔਰ ਇੱਕ ਵੱਡੀ ਇਹਨਾਂ ਦੀ ਪ੍ਰਾਪਤੀ ਜਿਹੜੀ ਮੈਂ ਦੱਸਣਾ ਚਾਹਣਾ ਹੈ ਸ਼ਹਿਰ ਵਾਸੀਆਂ ਨਾਲ ਜਿਹੜਾ ਇਹਨਾਂ ਨੇ ਤੋਹਫਾ ਦਿੱਤਾ ਹੈ ਇੱਥੋਂ ਦੀ ਮੌਜੂਦਾ ਜਿਹੜੀ ਗਊਸ਼ਾਲਾ ਹੈ ਔਰ ਜਿਹੜਾ ਇੱਥੋਂ ਦਾ ਸ਼ਮਸ਼ਾਨ ਘਾਟ ਹੈ ਉਹਦਾ ਇੰਤਕਾਲ ਵੀ ਇਹਨਾਂ ਨੇ ਆਪਦੇ ਨਾਮ ਤੇ ਕਰਵਾ ਲਿਆ ਕਿਉਂਕਿ ਇਹਨਾਂ ਦੇ ਪੁਰਖਿਆਂ ਵੱਲੋਂ ਜਾਇਦਾਦ ਦਾ ਜਿਹੜੀ দান ਕੀਤੀ ਗਈ ਸੀਗੀ ਤੇ ਹੁਣ ਮੇਰਾ ਖਿਆਲ ਹੈ ਵੀ ਸ਼ਹਿਰ ਦੇ ਲੋਕਾਂ ਨੂੰ ਆਪਦੇ ਅਰਥੀਆਂ ਜਿਹੜੀਆਂ ਉਹ ਵੀ ਫੋਕਣ ਵਾਸਤੇ ਕਿਤੇ ਹੋਰ ਜਗ੍ਹਾ ਤੇ ਜਾਣਾ ਪਿਆ ਕਰਨਾ ਬਹੁਤ ਵੱਡਾ ਇਹਨਾਂ ਨੇ ਤੋਹਫਾ ਦਿੱਤਾ ਸ਼ਹਿਰ ਵਾਸੀਆਂ ਨੂੰ ਜਿਹੜਾ ਇਹਨਾਂ ਨੇ। ਤੋਂ ਇਹ ਥੇ ਵਧੇਮਾਨ ਜਿਨ੍ਹਾਂ ਨੇ ਖੁਦ ਵਿਕਾਸ ਕੇ ਕੰਮ ਗਿਨਾਏ ਹੈ ਔਰ ਵਿਰੋਧੀਆਂ ਪਰ ਨਿਸ਼ਾਨਾ 사ਦਾ ਹੈ। ਦਿਲਚਸਪ ਹੋਗਾ ਦੇਖਣਾ ਕਿ ਯਹਾਂ ਕੇ ਜਨਤਾ ਇਨ ਕੋ ਵੋਟ ਦੇ ਕੇ ਜਿਤਾਤੀ ਹੈ ਯਾ ਨਹੀਂ। ਕੈਮਰਾਮੈਨ ਵਿਰਿੰਦਰ ਮਹਿਰਾ ਕੇ ਸਾਥ ਮੈਂ ਨੀਰਜ ਬਾਲੀ ਡੈਨਿਕ ਸਵੇਰਾ ਟੀਵੀ ਗੁਰੂਹਰ ਸਹਾਈ।